ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਲੋਕੀ ਦੀ ਬਹੁਤ ਟੇਸਟੀ ਬਰਫੀ ਜਿਹਨੂੰ ਕੀ ਆ ਵੀ ਬੋਲਿਆ ਜਾਂਦਾ ਸਾਡੇ ਮਾਲਵੇਚ ਇਹਨੂੰ ਕੱਦੂ ਬੋਲਦੇ ਨੇ ਬਹੁਤ ਸੌਖੇ ਜਿਹੇ ਤਰੀਕੇ ਨਾਲ ਆਪਾਂ ਬਣਾ ਕੇ ਤਿਆਰ ਕਰਾਂਗੇ ਬਹੁਤਾ ਟਾਈਮ ਵੀ ਨਹੀਂ ਲੱਗਦਾ ਤੇ ਨਾ ਹੀ ਆਪਾਂ ਨੂੰ ਬਹੁਤੇ ਸਮਾਨ ਦੀ ਲੋੜਾ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਇਹ ਦੋ ਕੱਦੂ ਲੈਨੇ ਮੈਂ ਸਾਡੇ ਮਾਲਵੇਚ ਇਹਨੂੰ ਕੱਦੂ ਕਹਿੰਦੇ ਨੇ ਮੈਨੂੰ ਬਹੁਤ ਸਾਰੇ ਪਹਿਲਾਂ ਕਮੈਂਟ ਆਏ ਵੀ ਤੁਸੀਂ ਕਿਉਂ ਬੁੱਧੂ ਬਣਾਉਨੇ ਹੋ ਇਹ ਕੀ ਆ ਪਰ ਸਾਡੇ ਮਾਲ ਵਿੱਚ ਇਹਨੂੰ ਕद्दू ਕਹਿੰਦੇ ਨੇ ਮੈਂ ਵੱਡੇ ਸਾਈਜ਼ ਦੇ ਲੈਏ ਨੇ ਛਿਲਕੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਜਿੱਦਾਂ ਦੇ ਤੁਹਾਡੇ ਕੋਲੇ ਹੈਗੇ ਨੇ ਵੱਡੇ ਛੋਟੇ ਤੇ ਸਾਰੇ ਗੁੱਦੇ ਨੂੰ ਆਪਾਂ ਕੱਟ ਕੇ ਬਾਹਰ ਕੱਢ ਦੇਣਾ ਬਿਲਕੁਲ ਵੀ ਕੋਈ ਬੀਜ ਨਹੀਂ ਬਚਣਾ ਚਾਹੀਦਾ ਬਹੁਤ ਸੌਖੇ ਜਿਹੇ ਤਰੀਕੇ ਨਾਲ ਬਣਾਵਾਂਗੇ ਆਪਾਂ ਨਾ ਹੀ ਜ਼ਿਆਦਾ ਮਿਹਨਤ ਦੀ ਲੋੜ ਤੇ ਨਹੀਂ ਜਿਆਦਾ ਟਾਈਮ ਲੱਗੂਗਾ ਬਿਲਕੁਲ ਵੀ ਪਤਾ ਨਹੀਂ ਲੱਗਦਾ ਵੀ ਇਹ ਕਾਦੀ ਬਣੀ ਹੋਈ ਆ ਇੰਨਾ ਵਧੀਆ ਇਹਦਾ ਟੇਸਟ ਆਉਂਦਾ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਬਹੁਤ ਜਿਆਦਾ ਪਸੰਦ ਆਉਂਦੀ ਆ ਲੋ ਜੀ ਇਹਨੂੰ ਆਪਾਂ ਮੀਡੀਅਮ ਜੇ ਪਾਸੇ ਨਾਲ ਕद्दूकश ਕਰਾਂਗੇ ਨਹੀਂ ਮੋਟਾ ਨਾ ਪਤਲਾ ਤੇ ਹੁਣ ਚੁੱਲੇ ਤੇ ਆਪਾਂ ਕੜਾਹੀ ਰੱਖ ਲਈ ਅੱਗ ਵਾਲ ਕੇ ਇਹਨੂੰ ਆਪਾਂ ਨਿਚੋੜ ਕੇ ਪਾ ਦਾਂਗੇ ਵਿੱਚ ਤੇ ਆਪਾਂ ਕੋਈ ਘਿਓ ਵਗੈਰਾ ਨਹੀਂ ਪਾਇਆ ਹੋਇਆ ਕੜਾਹੀ ਦੇ ਵਿੱਚ ਬਸ ਇਦਾਂ ਹੀ ਇਹਨੂੰ ਪਾ ਦੇਣਾ ਇੱਕ ਦਿਕੋ ਦਮ ਤੁਸੀਂ ਜ਼ਿਆਦਾ ਨਾ ਕਰਿਓ ਜਦੋਂ ਆਪਾਂ ਕਦੂਆਂ ਨੂੰ ਕਦੂਕਸ਼ ਕਰ ਲਿਆ ਇਹਨੂੰ ਆਪਾਂ ਜ਼ਿਆਦਾ ਟਾਈਮ ਨਹੀਂ ਰੱਖਣਾ ਫਿਰ ਇਹ ਕਾਲੇ ਹੋ ਜਾਂਦੇ ਨੇ ਸਾਰੀ ਤਿਆਰੀ ਤੁਸੀਂ ਪਹਿਲਾਂ ਕਰਕੇ ਰੱਖਿਓ ਬਸ ਇਦਾਂ ਇਹਨਾਂ ਨੂੰ ਨਿਚੋੜ ਕੇ ਕੜਾਹੀ 'ਚ ਪਾ ਦਿਓ ਜੇ ਕਾਲੇ ਹੋ ਗਏ ਫਿਰ ਆਪਾਂ ਨੂੰ ਧੋਣੇ ਪੈਣਗੇ ਇਹ ਫਿਰ ਇਹਨਾਂ ਦੇ ਜਿਹੜੇ ਤੱਤ ਨੇ ਉਹ ਸਾਰੇ ਬਾਹਰ ਨਿਕਲ ਜਾਣਗੇ ਇਹਨਾਂ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਭੁੰਨਾਂਗੇ ਬਿਲਕੁਲ ਵੀ ਆਪਾਂ ਇਹਨਾਂ ਨੂੰ ਹਿਲਾਉਣਾ ਬੰਦ ਨਹੀਂ ਕਰਨਾ ਤੇ ਇੱਥੇ ਮੈਂ ਪਾਈ ਨੇ 2 ਚਮਚ ਦੇਸੀ ਘਿਓ ਦੇ ਜੇ ਤੁਸੀਂ ਪਾਉਣਾ ਚਾਹੋ ਤਾਂ ਪਾ ਸਕਦੇ ਹੋ ਨਹੀਂ ਕੋਈ ਜ਼ਰੂਰੀ ਨਹੀਂ ਹੈਗਾ ਇਹਦੇ ਨਾਲ ਇੱਕ ਬਹੁਤ ਸੋਹਣੀ ਚਮਕ ਆਉਂਦੀ ਆ ਬਰਫੀ ਦੇ ਵਿੱਚ ਕੋਈ ਇਹ ਨਹੀਂ ਹੈਗਾ ਵੀ ਘਿਓ ਬਿਨਾ ਪੁੰਨੀ ਨਹੀਂ ਜਾਣੀ ਇਹ ਏਦਾਂ ਦਾ ਕੁਝ ਵੀ ਨਹੀਂ ਹੈਗਾ ਲੋ ਜੀ ਲਗਾਤਾਰ ਆਪਾਂ ਹਿਲਾਈ ਜਾਵਾਂਗੇ ਤੇ ਪੁੰਨੀ ਜਾਵਾਂਗੇ ਬਹੁਤ ਜ਼ਿਆਦਾ ਸਵਾਦ ਵਰਫੀ ਬਣਦੀ ਹੈ ਇਹ ਜਿੱਦਾਂ ਬਾਜ਼ਾਰ ਚੋਂ ਆਪਾਂ ਲੈਉਣੇ ਹੁੰਦੇ ਆ ਉਦਾਂ ਦੀ ਵਰਫੀ ਬਣੂਗੀ ਜਿਹੜੇ ਬੱਚੇ ਕਦੂ ਨਹੀਂ ਖਾਂਦੇ ਜਾਂ ਫੈਮਿਲੀ ਚ ਕੋਈ ਮੈਂਬਰ ਆ ਜਿਹੜਾ ਕਦੂ ਨਹੀਂ ਖਾਂਦਾ ਉਹਨੂੰ ਤੁਸੀਂ ਕਦੂ ਖਵਾ ਸਕਦੇ ਹੋ ਕਿਉਂਕਿ ਸਾਨੂੰ ਮੌਸਮੀ ਫਲ ਸਬਜ਼ੀਆਂ ਸਾਰੇ ਖਾਣੇ ਚਾਹੀਦੇ ਨੇ ਲਓ ਜੀ ਹੁਣ ਇਹ ਥੱਲੇ ਜੇ ਲੱਗਣੀ ਸ਼ੁਰੂ ਹੋ ਗਈ ਹੁਣ ਆਪਾਂ ਇਹਦੇ ਚ ਪਾਵਾਂਗੇ ਖੰਡ ਯਾਨੀ ਕਿ ਚੀਨੀ ਇਹਨੇ ਅੱਧੀ ਕੌਲੀ ਚੀਨੀ ਦੀ ਲਈ ਆ ਤੁਸੀਂ ਆਪਣੇ ਹਿਸਾਬ ਨਾਲ ਪਾਇਓ ਜਿੰਨਾਕ ਤੁਸੀਂ ਮਿੱਠਾ ਖਾਣਿਓ ਜੇ ਤੁਸੀਂ ਥੋੜਾ ਜ਼ਿਆਦਾ ਖਾਣਿਓ ਤਾਂ ਵੱਧ ਪਾ ਸਕਦੇ ਹੋ ਇਹ ਬਿਲਕੁਲ ਪਰਫੈਕਟ ਆ ਨਾ ਘੱਟਦੀ ਆ ਨਾ ਵੱਧੀ ਆ ਦੋ ਕੱਦੂਆਂ ਦੇ ਵਿੱਚ ਮੈਂ ਅੱਧੀ ਕੌਲੀ ਖੰਡ ਦੀ ਪਾਈ ਆ ਤੁਸੀਂ ਦੇਖ ਲਓ ਵੀ ਇਹ ਮੇਰੇ ਕੋਲ 1 ਕਿਲੋ ਕ ਰਹਿ ਗਿਆ ਹੋਊਗਾ ਕੱਦੂ ਕਸ਼ ਕੀਤਾ ਹੋਇਆ ਕਿਉਂਕਿ ਜਦੋਂ ਆਪਾਂ ਇਹਨੂੰ ਬਣਾਵਾਂਗੇ ਫਿਰ ਇਹ ਇੱਦਾਂ ਹੀ ਰਹਿ ਜਾਊਗਾ ਇਸ ਤੋਂ ਤੇ ਚੀਨੀ ਨੇ ਪਾਣੀ ਛੱਡਣਾ ਹੁਣ ਇਸ ਟਾਈਮ ਤੁਸੀਂ ਅੱਗ ਜ਼ਿਆਦਾ ਕਰ ਸਕਦੇ ਹੋ ਕਾਫੀ ਜ਼ਿਆਦਾ ਪਾਣੀ ਛੱਡੂਗੀ ਚੀਨੀ ਤੇ ਇਹਦੇ ਵਿੱਚ ਹੀ ਇਹ ਪੱਕ ਜਾਣਗੇ ਬਿਲਕੁਲ ਵੀ ਇਹ ਕੱਚੇ ਨਹੀਂ ਰਹਿਣੇ ਲੋ ਜੀ ਦੇਖ ਲਓ 2 ਕਮਿੰਟ ਹੋਏ ਨੇ ਖੰਡ ਪਾਈ ਨੂੰ ਤੇ ਇਹਨੇ ਪਾਣੀ ਛੱਡਤਾ ਹੁਣ ਇਹ ਥੱਲੇ ਵੀ ਨਹੀਂ ਲੱਗਦਾ ਹੁਣ ਤੁਸੀਂ ਇਹਨੂੰ ਛੱਡ ਸਕਦੇ ਹੋ 1-2 ਮਿੰਟਾਂ ਵਾਸਤੇ ਫਿਰ ਹਲਾ ਦੇਓ ਤੇ ਆਪਾਂ ਦਵਾ ਕੇ ਦੇਖ ਲੈਣਾ ਸਾਰੇ ਪਾਣੀ ਨੂੰ ਆਪਾਂ ਸਾੜਨਾ ਪਾਣੀ ਸਾੜਨ ਤੇ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਆਪਾਂ ਨੂੰ ਪਾਣੀ ਦੇਖ ਕੇ ਲੱਗਦਾ ਵੀ ਬਹੁਤ ਜ਼ਿਆਦਾ ਟਾਈਮ ਲੱਗੂਗਾ ਸਿਰਫ 5 ਮਿੰਟਾਂ ਦੇ ਵਿੱਚ ਹੀ ਪਾਣੀ ਮੱਚ ਜਾਂਦਾ ਤੇ ਮੈਂ ਜ਼ਿਆਦਾ ਅੱਗ ਵੀ ਨਹੀਂ ਕੀਤੀ ਹੋਈ ਵੈਸੇ ਲੱਕੜ ਦਾ ਸੇਕ ਕਾਫੀ ਜ਼ਿਆਦਾ ਕਿਉਂਕਿ ਹੁਣ ਪਾਣੀ ਸਾੜਨਾ ਬੰਦ ਸ਼ੁਰੂ ਹੋ ਗਿਆ ਮੱਚਣ ਵਾਲਾ ਆਪਣਾ ਪਾਣੀ ਸਾਡੇ ਮਾਲ ਵਿੱਚ ਸੜਨ ਨੂੰ ਮੱਚਣਾ ਬੋਲਿਆ ਜਾਂਦਾ ਸੋ ਮੈਂ ਜ਼ਿਆਦਾ ਅੱਗ ਨਹੀਂ ਰੱਖੀ ਹੋਈ ਤੇ ਆਪਾਂ ਇਦਾਂ ਇਹਨੂੰ ਛੱਡ ਸਕਦੇ ਆ ਮੈਂ ਹੋਰ ਬਹੁਤ ਸਾਰੇ ਕੰਮ ਕਰੇ ਨੇ ਇਹਨੂੰ ਬਣਾਉਂਦੇ ਬਣਾਉਂਦੇ ਤੇ ਅੱਧਿਕ ਕੌਲੀ ਮੈਂ ਇੱਥੇ ਮਿਲਕ ਪਾਊਡਰ ਦੀ ਲਈਆ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਜੇ ਤੁਹਾਡੇ ਕੋਲ ਮਿਲਕ ਪਾਊਡਰ ਨਹੀਂ ਹੈਗਾ ਤਾਂ ਤੁਸੀਂ ਚੀਨੀ ਤੋਂ ਪਹਿਲਾਂ ਇੱਕ ਗਲਾਸ ਦੁੱਧ ਦਾ ਪਾ ਦੇਣਾ ਚੀਨੀ ਦੁੱਧ ਨੂੰ ਸਾੜ ਕੇ ਇਸ ਟਾਈਮ ਪਾਉਣੀ ਆ ਜਦੋਂ ਆਪਾਂ ਮਿਲਕ ਪਾਊਡਰ ਪਾ ਰਹੇ ਹਾਂ ਪਹਿਲਾਂ ਤੁਸੀਂ ਦੁੱਧ ਪਾ ਦੇਣਾ ਜਦੋਂ ਥੱਲੇ ਲੱਗਣਾ ਸ਼ੁਰੂ ਹੋ ਗਿਆ ਕਦੋਂ ਤੁਸੀਂ ਦੁੱਧ ਪਾ ਦੇਣਾ ਜਾਂ ਫਿਰ ਤੁਸੀਂ ਇਹਦੀ ਦੁੱਧ ਦੀ ਜਗ੍ਹਾ ਤੇ ਤੁਸੀਂ ਮਲਾਈ ਪਾ ਸਕਦੇ ਹੋ ਬਿਲਕੁਲ ਤਾਜੀ ਮਲਾਈ ਤੁਹਾਡੀ ਦੁੱਧ ਨੂੰ ਗਰਮ ਕਰਕੇ ਫ੍ਰਿਜ ਚ ਰੱਖ ਦੇਣਾ ਠੰਡਾ ਕਰਕੇ ਜਿਹੜੀ ਉਹਦੇ ਤੋਂ ਮਲਾਈ ਲਓਗੀ ਤੁਸੀਂ ਉਹ ਪਾ ਦੇਣੀ ਆ ਤੇ ਅੱਧਾ ਕ ਚਮਚ ਪਾਇਆ ਇੱਕ ਕੌਲੀ ਪਾਈ ਹੈ ਅੱਧੀ ਕੌਲੀ ਮੈਂ ਪਾਈ ਹੈ ਇਥੇ ਨਾਰੀਅਲ ਦਾ ਬੂਰਾ ਇਹ ਬਿਲਕੁਲ ਆਪਸ਼ਨਲ ਆ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਪਾ ਸਕਦੇ ਹੋ ਤੁਹਾਡੇ ਕੋਲੇ ਹੈਗਾ ਇਹ ਸਿਰਫ ਮੈਂ ਸਵਾਦ ਵਧਾਉਣ ਵਾਸਤੇ ਪਾਈ ਆ ਇਹਦੀ ਕੋਈ ਲੋੜ ਨਹੀਂ ਹੈਗੀ ਤੇ ਇਹ ਤੋਂ ਬਿਨਾ ਸਰ ਜਾਂਦਾ ਜੇ ਤੁਹਾਡੇ ਕੋਲੇ ਮਿਲਕ ਪਾਊਡਰ ਨਹੀਂ ਹੈਗਾ ਫਿਰ ਵੀ ਬਰਫੀ ਦਾ ਟੇਸਟ ਆ ਜਿਹੜਾ ਇਦਾਂ ਦਾ ਹੀ ਆਊਗਾ ਤੁਹਾਡੇ ਦੁੱਧ ਪਾਉਣ ਨਾਲ ਖੋਏ ਵਰਗਾ ਸਵਾਦ ਆਊਗਾ ਇਹ ਸੌਖਾ ਤਰੀਕਾ ਸੀ ਛੇਤੀ ਬਣ ਜੂਗੇ ਇਸ ਕਰਕੇ ਮੈਂ ਮਿਲਕ ਪਾਊਡਰ ਪਾਤਾ ਤੁਸੀਂ ਮਲਾਈ ਪਾ ਸਕਦੇ ਹੋ ਮਲਾਈ ਵੀ ਤੁਸੀਂ ਪਹਿਲਾਂ ਪਾਉਣੀ ਆ ਚੀਨੀ ਤੋਂ ਇਸ ਗੱਲ ਨੂੰ ਤੁਸੀਂ ਧਿਆਨ ਰੱਖਿਓ ਤੇ 2 ਚਮਚ ਮੈਂ ਇੱਥੇ ਹੋਰ ਪਾਉਂਗੀ ਦੇਸੀ ਘਿਓ ਦੇ ਟੇਬਲस्पून ਐੇ ਮੇਰੇ ਕੋਲੇ ਬਿਲਕੁਲ ਥੋੜਾ ਜਿਹਾ ਆਪਾਂ ਦੇਸੀ ਘਿਓ ਪਾਇਆ ਜੇ ਤੁਹਾਡੇ ਕੋਲੇ ਤੁਸੀਂ ਪਾਉਣਾ ਤੁਸੀਂ ਪਾ ਸਕਦੇ ਹੋ ਨਹੀਂ ਇਹਦੇ ਬਿਨਾ ਸਰ ਜਾਂਦਾ ਤੇ ਇਹਨੂੰ ਆਪਾਂ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਇਹ ਸਖਤ ਜਾਨੀ ਹੋ ਜਾਂਦਾ ਬਿਲਕੁਲ ਮੈਂ ਚੀਨੀ ਦਾ ਪਾਣੀ ਸਾੜਦਾ ਸੀ ਇਹਦੇ ਵਿੱਚ ਉਦੋਂ ਆਪਾਂ ਪਾਇਆ ਮਿਲਕ ਪਾਊਡਰ ਤੇ ਮਿਲਕ ਪਾਊਡਰ ਦੀਆਂ ਕਈ ਵਾਰੀ ਗੰਡਾਂ ਜੀਆਂ ਬਣ ਜਾਂਦੀਆਂ ਨੇ ਤੁਸੀਂ ਦੁੱਧ ਚ ਘੋਲ ਕੇ ਵੀ ਪਾ ਸਕਦੇ ਹੋ ਥੋੜੇ ਜਿਹਾ ਦੁੱਧ ਚ ਉਹਨੂੰ ਘੋਲ ਲਿਓ ਫਿਰ ਤੁਸੀਂ ਜਿਹੜਾ ਨਾਰੀਅਲ ਦਾ ਪੂਰਾ ਜਦੋਂ ਤੁਹਾਡਾ ਦੁੱਧ ਸੜ ਗਿਆ ਉਸ ਤੋਂ ਬਾਅਦ ਚ ਪਾਓ ਲੋ ਜਿਹਨੂੰ ਆਪਾਂ ਥੱਲੇ ਉਤਾਰ ਲਿਆ ਤੇ ਹੁਣ ਆਪਾਂ ਥਾਲ ਦੇ ਵਿੱਚ ਘਿਓ ਲਾ ਲਾਂਗੇ ਇਹਦੇ ਚ ਆਪਾਂ ਇਹਨੂੰ ਜਮਾਵਾਂਗੇ ਤੁਸੀਂ ਕਿਸੇ ਵੀ ਬਰਤਨ ਦੇ ਵਿੱਚ ਇਹਨੂੰ ਸੈੱਟ ਕਰ ਸਕਦੇ ਹੋ ਤੁਸੀਂ ਦੇਖ ਲਓ ਬਿਲਕੁਲ ਇਹ ਡੋ ਦੀ ਤਰ੍ਹਾਂ ਹੋ ਗਈ ਜਿੱਦਾਂ ਆਟਾ ਹੁੰਦਾ ਸਾਰੀ ਕੜਾਹੀ ਨੂੰ ਇਹਨੇ ਛੱਡਤਾ ਸੀ ਉਦੋਂ ਤੱਕ ਆਪਾਂ ਇਹਨੂੰ ਭੁੰਨਿਆ ਮਿਲਕ ਪਾਊਡਰ ਤੇ ਨਾਰੀਅਲ ਦਾ ਬੂਰਾ ਪਾਉਣ ਤੋਂ ਬਾਅਦ ਆਪਾਂ 2 ਮਿੰਟ ਹੀ ਭੁੰਨਿਆ ਸੀ ਜ਼ਿਆਦਾ ਟਾਈਮ ਨਹੀਂ ਭੁੰਨਾ ਨਹੀਂ ਇਹਨੇ ਚੀੜੀ ਹੋ ਜਾਣਾ ਇਸੇ ਕਰਕੇ ਮੈਂ ਤੁਹਾਨੂੰ ਕਿਹਾ ਵੀ ਮਲਾਈ ਜਾਂ ਦੁੱਧ ਤੁਸੀਂ ਚੀਨੀ ਤੋਂ ਪਹਿਲਾਂ ਪਾਉਣਾ ਜੇ ਤੁਸੀਂ ਚੀਨੀ ਪਹਿਲਾਂ ਬਾਅਦ ਹੀ ਦੁੱਧ ਬਾਅਦ ਚੋਂ ਪਾਇਆ ਫਿਰ ਇਹਨੇ ਚੀੜਾ ਹੋ ਜਾਣਾ ਜਿਹੜੀ ਦੰਦਾਂ ਨਾਲ ਚਿਪਦੀ ਹੁੰਦੀਆਂ ਨੇ ਚੀੜਾ ਬੋਲਿਆ ਜਾਂਦਾ ਲੋਜੀ ਚਮਚ ਦੀ ਹੈਲਪ ਦੇ ਨਾਲ ਆਪਾਂ ਇਹਨੂੰ ਸੈੱਟ ਕਰ ਲਾਂਗੇ ਕਿਉਂਕਿ ਇਹ ਗਰਮ ਹੈ ਹੱਥ ਸੜਦੇ ਨੇ ਤੇ ਇਹਦੇ ਵਿੱਚ ਮੈਂ ਕੁਝ ਡਰਾਈ ਫਰੂਟਸ ਵੀ ਪਾਤੇ ਸੀ ਜਦੋਂ ਇਹ ਪੱਕ ਰਹੀ ਸੀ ਜੋ ਮੈਂ ਕੈਮਰੇ ਦੇ ਵਿੱਚ ਰਿਕਾਰਡ ਨਹੀਂ ਕੀਤੇ ਤੁਸੀਂ ਪਾਉਣੇ ਆ ਪਾ ਲਿਓ ਕੋਸ਼ਾ ਪਾ ਉੱਪਰ ਲਾ ਦਾਂਗੇ ਮੇਰੇ ਕੋਲੇ ਬਦਾਮ ਨੇ ਕੁਝ ਖਰਬੂਜੇ ਦੇ ਬੀਜ ਨੇ ਤੁਸੀਂ ਕੋਈ ਵੀ ਡਰਾਈ ਫਰੂਟਸ ਲਾ ਸਕਦੇ ਹੋ ਜਿਹੜੇ ਤੁਹਾਡੇ ਕੋਲੇ ਹੈਗੇ ਨੇ ਬਹੁਤ ਜ਼ਿਆਦਾ ਸਵਾਦ ਵਰਫੀ ਬਣੂਗੀ ਇਹ ਖੋਏ ਵਰਗਾ ਟੇਸਟ ਆਊਗਾ ਇਹਦੇ ਵਿੱਚੋਂ ਜਿਹੜੇ ਬੰਦੇ ਨੂੰ ਨਹੀਂ ਪਤਾ ਵੀ ਆਪਾਂ ਲੋਕੀ ਤੋਂ ਬਣਾਈ ਇਹਨੂੰ ਤਾਂ ਪਛਾਣ ਵੀ ਨਹੀਂ ਆਉਂਦੀ ਤੇ ਹਰ ਕੋਈ ਤੁਹਾਡੀ ਤਾਰੀਫ ਕਰੂਗਾ ਬੱਚੇ ਨੂੰ ਖੁਸ਼ ਹੋ ਕੇ ਖਾਣਗੇ ਇੱਕ ਵਾਰੀ ਤੁਸੀਂ ਜ਼ਰੂਰ ਆਪਣੀ ਫੈਮਿਲੀ ਨੂੰ ਆਪਣੇ ਬੱਚਿਆਂ ਨੂੰ ਬਣਾ ਕੇ ਦਿਓ ਇਹਨਾਂ ਨੂੰ ਵੀ ਆਪਾਂ ਉੱਪਰ ਤੋਂ ਚਮਚ ਨਾਲ ਦਵਾ ਦਾਂਗੇ ਚੰਗੀ ਤਰ੍ਹਾਂ ਤਾਂ ਕਿ ਇਹ ਲੈ ਨਾ ਜਾਣ ਇਹਨੂੰ ਆਪਾਂ ਰੈਸਟ ਦੇਵਾਂਗੇ 1 ਘੰਟੇ ਦਾ ਗਰਮੀ ਬਹੁਤ ਜ਼ਿਆਦਾ ਆ ਸੋ ਵੱਧ ਵੀ ਦੇਣਾ ਪੈ ਸਕਦਾ ਲੋ ਜੀ ਮੈਂ ਇਹਨੂੰ 1 ਘੰਟੇ ਵਾਸਤੇ ਫ੍ਰਿਜ ਚ ਰੱਖਤਾ ਸੀ ਜਦੋਂ ਇਹ ਨਾਰਮਲ ਟੈਂਪਰੇਚਰ ਤੇ ਆ ਗਿਆ ਸੀ ਅੱਧੇ ਘੰਟੇ ਚ ਉਸ ਤੋਂ ਬਾਅਦ ਆਪਾਂ ਫ੍ਰਿਜ ਤੇ ਰੱਖਤਾ ਸੀ ਟੋਟਲ ਆਪਾਂ ਇਹਨੂੰ ਡੇਢ ਕ ਘੰਟੇ ਦਾ ਰੈਸਟ ਦਿੱਤਾ ਤੇ ਹੁਣ ਆਪਾਂ ਇਹਦੇ ਪੀਸਾਂ ਨੂੰ ਬਾਹਰ ਕੱਢ ਲੈਨੇ ਆ ਬਹੁਤ ਵਧੀਆ ਤਰੀਕੇ ਨਾਲ ਇਹਦੇ ਪੀਸ ਨਿਕਲਣਗੇ ਤੇ ਇੱਥੇ ਮੈਂ ਥਾਲ ਨੂੰ ਗਰਮ ਨਹੀਂ ਕੀਤਾ ਕਿਉਂਕਿ ਜੇ ਮੈਂ ਥਾਲ ਨੂੰ ਗਰਮ ਕਰੂੰਗੀ ਇਹਨੇ ਫਿਰ ਮੈਲਟ ਹੋ ਜਾਣਾ ਸੋ ਇਹ ਜਿਹੜਾ ਘੋਆ ਥੋੜਾ ਥੱਲੇ ਚਿਪਕ ਗਿਆ ਫ੍ਰਿਜ ਦੇ ਵਿੱਚ ਲੋ ਜੀ ਬਹੁਤ ਜ਼ਿਆਦਾ ਨਰਮ ਆਪਣੀ ਬਰਫੀ ਬਣ ਕੇ ਤਿਆਰ ਹੋਈ ਹੈ ਬਹੁਤ ਜ਼ਿਆਦਾ ਸਵਾਦ ਬਣਦੀ ਹੈ ਤੁਸੀਂ ਜ਼ਰੂਰ ਬਣਾਓ ਤੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਜ਼ਰੂਰ ਘਰੇ ਸਾਫ਼ ਸੁਥਰਾ ਬਣਾ ਕੇ ਦਿਆ ਕਰੋ ਦੇਖ ਲਓ ਕਿੰਨਾ ਸੋਹਣਾ ਆਪਣਾ ਰੰਗ ਆਇਆ ਕੋਈ ਆਪਾਂ ਇਹਦੇ ਵਿੱਚ ਕੈਮੀਕਲ ਨਹੀਂ ਪਾਇਆ ਜੇ ਤੁਸੀਂ ਇਹਨੂੰ ਰੰਗ ਦੇਣਾ ਫਿਰ ਤੁਸੀਂ ਇਹਦੇ ਵਿੱਚ ਗ੍ਰੀਨ ਕਲਰ ਪਾ ਸਕਦੇ ਹੋ ਪਰ ਜਦੋਂ ਆਪਾਂ ਘਰੇ ਆਪਣੇ ਹੱਥਾਂ ਨਾਲ ਸਾਫ਼ ਸੁਥਰਾ ਬਣਾਉਣਾ ਫਿਰ ਕਾਦੇ ਵਾਸਤੇ ਆਪਾਂ ਆਪਣੀ ਫੈਮਲੀ ਨੂੰ ਕੈਮੀਕਲ ਦੇਣੇ ਨੇ ਸੋ ਮੈਂ ਨਹੀਂ ਪਾਇਆ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਜਣੇ ਹੱਸਦੇ ਵਸਦੇ ਰਹੋ ਖੁਸ਼ ਰਹੋ ਆਪਣੀ ਫੈਮਲੀ ਨੂੰ ਟਾਈਮ ਦਿਓ ਫੈਮਲੀ ਬਹੁਤ ਕੀਮਤੀ ਆ ਥੈਂਕ ਯੂ